ਅੱਜ ਰਜੇਸ਼ਪੁਰੀ ਦੀ ਅੱਛਾ ਵਿੱਚ ਮੀਟਿੰਗ ਹੋਈ ਆ ਇਸ ਵਿੱਚ ਇਹਨਾਂ ਨੇ ਇਸ ਗੱਲ ਨੂੰ ਗੱਲ ਕੀਤੀ ਆ ਵੀ ਅਸੀਂ ਜਿਹੜੀਆਂ ਵਪਾਰੀ ਦੀਆਂ ਮੁਸ਼ਕਿਲਾਂ ਤਾਂ ਨੇ ਉਹਦੇ ਲਈ ਅਸੀਂ ਆਪਣੇ ਵਿਚਾਰ ਲਿਖ ਕੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਿਹੜੇ ਹੋਰ ਅਧਿਕਾਰੀ ਹੋਣਗੇ ਸਿਲਕਸ ਡਿਪਾਰਟਮੈਂਟ ਦੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਮੁਸ਼ਕਲ ਹੱਲ ਕਰਾਵਾਂਗੇ ਜੈ ਹਿੰਦ ਜੈ ਭਾਰਤ ਅੱਜ ਦੀ ਕੋਰ ਕੈਬਨਿਟ ਦੀ ਜਿਹੜੀ ਮੀਟਿੰਗ ਆ ਅਧਿક્ષ ਰਜੇਸ਼ਪੁਰੀ ਦੀ ਅਧਿxtਾ ਦੇ ਵਿੱਚ ਆਯੋਜਿਤ ਕੀਤੀ ਗਈ ਆ ਔਰ ਬੜੀ ਹੀ ਵਧੀਆ ਢੰਗ ਦੇ ਨਾਲ ਜਿਹੜੀ ਆ ਉਹ ਇਹ ਮੀਟਿੰਗ ਸੰਪੰਨ ਕੀਤੀ ਗਈ ਹੈ ਪ੍ਰਧਾਨਗੀ ਦੇ ਅਸਤਾ ਦੇ ਵਿੱਚ ਇਹਦੇ ਵਿੱਚ ਜਿਹੜਾ ਮੰਥਨ ਕੀਤਾ ਗਿਆ ਕਿ ਸਾਡੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਚੋਰੀ ਦੀ ਦੁਵਾਰਦਾਤਾਂ ਨੇ ਉਹ ਬਹੁਤ ਜ਼ਿਆਦਾ ਵਧ ਰਹੀਆਂ ਨੇ ਔਰ ਜਿਹੜਾ ਵਪਾਰੀ ਹੈ ਉਹ ਬੜਾ ਬਹਿ ਦੇ ਮਾਲ ਦੇ ਵਿੱਚ ਜਿਹੜਾ ਇਸ ਸਮੇਂ ਗੁਜ਼ਰ ਰਿਹਾ ਔਰ ਡਰ ਲੱਗਾ ਰਹਿੰਦਾ ਕਿ ਕਿਸੇ ਵੇਲੇ ਵੀ ਜਿਹੜਾ ਵਪਾਰਿਕ ਅਦਾਰਾ ਆ ਦੁਕਾਨਾਂ ਆ ਸ਼ੋਰੂਮ ਆ ਉਹਦੇ ਤੇ ਕਦੋਂ ਡਕੈਤੀ ਆ ਚੋਰੀ ਦੀ ਘਟਨਾ ਵਾਪਰ ਜਾਏ ਇਹਦੇ ਬਾਬਤ ਅਸੀਂ ਆਪਣੇ ਜਿਹੜੇ ਪੰਜਾਬ ਦੇ ਅਧਿਐਕਸ਼ ਨੇ ਪਿਆਰਾਲ ਸੇੜ ਜੀ ਉਹਨਾਂ ਦੇ ਸੰਗਿਆਨ ਵਿੱਚ ਇਹ ਗੱਲ ਆndi ਗਈ ਆ ਔਰ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਬਹੁਤ ਜਲਦੀ ਜਿੰਨੀ ਵੀ ਕਾਈਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਸਰਕਾਰ ਦੇ ਨਾਲ ਉੱਚ ਅਧਿਕਾਰੀ ਔਰ ਜਿਹਨੇ ਮੰਤਰੀ ਗਾਨੇ ਉਹਨਾਂ ਨਾਲ ਜਿਹੜੀ ਆ ਬਹੁਤ ਜਲਦ ਚੰਡੀਗੜ੍ਹ ਦੇ ਵਿੱਚ ਈਡੀ ਮੀਟਿੰਗ ਅਯੋਜਿਤ ਕੀਤੀ ਜਾਏਗੀ ਜਿਹਦੇ ਵਿੱਚ ਜਿਹੜੀ ਆ ਅਲੱਗ-ਅਲੱਗ ਸ਼ਹਿਰਾਂ ਦੇ ਜਿਹੜੇ ਵਪਾਰੀਆਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਉਜਾਗਰ ਕੀਤਾ ਜਾਏਗਾ ਇਹਦੇ ਨਾਲ ਨਾਲ ਜਿਹੜਾ ਪਿਛਲੇ ਦਿਨੀ ਅਸੀਂ ਦੇਖਿਆ ਕਿ ਡਿਪਾਰਟਮੈਂਟ ਵੱਲੋਂ ਜੀਐਸਟੀ ਦੇ ਨੋਟਿਸ ਜਿਹੜੇ ਆਈਟੀ ਡਿਪਾਰਟਮੈਂਟ ਹਿੰਦਾ ਹਦਰਾਬਾਦ ਇਸ਼ੂ ਕੀਤੇ ਗਏ ਨੇ 716 ਇਹੋ ਜਿਹੇ ਛੋਟੇ ਵਪਾਰੀ ਨੇ ਜਿਨ੍ਹਾਂ ਨੂੰ ਜਿਹੜੇ ਨੋਟਿਸ ਸਰਵ ਕੀਤੇ ਗਏ ਨੇ ਉਹਦੇ ਲਈ ਵੀ ਅੱਜ ਅਸੀਂ ਟੈਕਨੀਕਲੀ ਆਪਣੀ ਇਸ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਔਰ ਆਗਰੇ ਕਰਨੇ ਆ ਜਿੰਨੇ ਵੀ ਵਪਾਰੀ ਨੇ ਉਹ ਜਿਹੜੇ ਪੋਰਟਲ ਜੀਐਸਟੀ ਪੋਰਟਲ ਉਹਨਾਂ ਨੂੰ ਇਸ਼ੂ ਕੀਤੇ ਗਏ ਉਹਨਾਂ ਦੇ ਨੰਬਰ ਦੇ ਲਈ ਉਹਦੇ ਚ ਵੀ ਜਿਹੜੇ ਆਪਣੇ ਅ ਨੰਬਰ ਜਿਹੜੇ ਪਰਸਨਲ ਉਹਨਾਂ ਦੇ ਨੰਬਰ ਚੱਲ ਰਹੇ ਨੇ ਉਹਨਾਂ ਨੂੰ ਰਜਿਸਟਰਡ ਕਰਾਂ ਤਾਂ ਕਿ ਉਹਨਾਂ ਨੂੰ ਡਾਇਰੈਕਟ ਡਿਪਾਰਟਮੈਂਟ ਤੋਂ ਡਾਇਰੈਕਟ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਸਮਝ ਲੱਗ ਸਕੇ ਯਾਰ ਪਤਾ ਲੱਗੇ ਕਿ ਸਮੇਂ ਤੋਂ ਸਮੇਂ ਕਿਹੜਾ ਨੋਟਿਸ ਆ ਰਿਹਾ ਜਾਂ ਕਿਹੜੀ ਕੋਈ ਇਸ਼ੂ ਨੋਟਿਸ ਕੀਤਾ ਜਾਂਦਾ ਡਿਪਾਰਟਮੈਂਟਾਂ ਨੂੰ ਉਹਨਾਂ ਨੂੰ ਡਾਇਰੈਕਟ ਹੀ ਉਹ ਪਹੁੰਚਾਇਆ ਜਾ ਸਕਦਾ ਔਰ ਇਹਦੇ ਨਾਲ ਨਾਲ ਹੀ ਹੋਰ ਵੀ ਜਿਹੜੇ ਵਪਾਰੀਆਂ ਨੂੰ ਸੰਬੰਧਿਤ ਸਮੱਸਿਆਵਾਂ ਨੇ ਅੱਜ 3-4 ਐਪਲੀਕੇਸ਼ਨਾਂ ਸਾਡੇ ਪ੍ਰਧਾਨ ਜੀ ਕੋਲ ਹੋਰ ਆਈਆਂ ਨੇ ਵਪਾਰੀਆਂ ਦੀ ਉਨਾ ਉੱਤੇ ਵੀ ਬਹੁਤ ਜਲਦ ਅਸੀਂ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਮਿਲ ਕੇ ਜਿਹੜੀ ਆ ਉਹ ਵਪਾਰੀਆਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹਦੇ ਉੱਤੇ ਅਸੀਂ ਚਰਚਾ ਕਰਾਂਗੇ ਔਰ ਪ੍ਰਸ਼ਾਸਨ ਅੱਗੇ ਆਪਣੀ ਮੰਗ ਰੱਖਾਂਗੇ ਕਿ ਉਹ ਵਪਾਰੀਆਂ ਦਾ ਜਿਹੜਾ ਜਲਦ ਤੋਂ ਜਲਦ ਹੱਲ ਕੀਤਾ ਜਾਏ ਜੈ ਹਿੰਦ ਜੈ ਮਾਰ ਪਾਰ ਮੰਡਲ ਪਠਾਨਕੋਟ ਵੱਲੋਂ ਆਜ਼ਾਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਅੱਜ ਸੀਨੀਅਰਸ ਐਲਰ ਸੋਢੀ ਜੀ ਸੁਨੀਲ ਮਹਾਜਨ ਜੀ ਚਾਚਾ ਵਿਪਕਾਸ਼ ਜੀ ਮੇਰੇ ਚੇਅਰਮੈਨ ਅਮਿਤ ਨਾਇਰ ਜੀ ਭਾਰਤ ਮਹਾਜਨ ਜੀ ਜੇ ਸ਼ਰਮਾ ਜੀ ਮੇਰੇ ਸੈਕਟਰੀ ਸਾਹਿਬ ਰਾਮਪਾਲ ਪੰਡਾਰੀ ਜੀ ਕੈਸ਼ੀਅਰ ਵਾਲੀਆ ਜੀ ਰਕੇਸ਼ ਮਹਾਜਨ ਜੀ ਮੰਨੂ ਜੀ ਸੁਨੀਲ ਕੁਮਾਰ ਗੋਗੀ ਜੀ ਚਾਚਾ ਜੀ ਇਹ ਸਾਰਿਆਂ ਨੇ ਅੱਜ ਸ਼ਿਰਕਤ ਕੀਤੀ ਹੈ ਇੱਥੇ ਅੱਜ ਦਾ ਮਕਸਦ ਸੀ ਕਿ ਜਿਹੜਾ ਵਪਾਰੀਆਂ ਨੂੰ ਪਠਾਨਕੋਟ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਚੋਰੀਆਂ ਜਿਹੜੀ ਚੋਰੀਆਂ ਲਗਾ ਲੋ ਤੁਸੀਂ ਜੀਐਸਟੀ ਦੇ ਮਸਲੇ ਲਗਾ ਲੋ ਇਹਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਅਸੀਂ ਅੱਜ ਹੀ ਮੀਟਿੰਗ ਕਾਲ ਕੀਤੀ ਹੈ ਅਸੀਂ ਪਿਛਲੇ ਦਿਨਾਂ ਚ ਕਾਫੀ ਜਿਹੜੀਆਂ ਚੋਰੀਆਂ ਹੋ ਰਹੀਆਂ ਐ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਅੱਗੇ ਇਲੈਕਸ਼ਨ ਵੀ ਆ ਰਹੇ ਐ ਔਰ ਇਲੈਕਸ਼ਨਾਂ ਚ ਵੀ ਜਿਹੜੀ ਡਿਊਟੀ ਐ ਉਹ ਪੁਲਿਸ ਪ੍ਰਸ਼ਾਸਨ ਦੀ ਲਗਾਈ ਜਾ ਰਹੀ ਹੈ ਉਹ ਜਿਹਦੇ ਕਾਰਨ ਥੋੜਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਢਿੱਲਾ ਪੈ ਗਿਆ ਹੋਇਆ ਅਸੀਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਬਿੰਤੀ ਕਰਨੇ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਆਰਡਰ ਕਿਤੇ ਜਾਣ ਕਿ ਰਾਤ ਦੀ ਜਿਹੜੀ ਪੀਸੀਆਰ ਆ ਉਹ ਤੇਜ਼ ਕੀਤੀ ਜਾਏ ਜਿਹੜੀ ਵਪਾਰੀਆਂ ਦੇ ਚੋਰੀਆਂ ਹੋ ਰਹੀਆਂ ਔਰ ਇਹਤੇ ਠੱਲ ਪਾਈ ਜਾਏ ਔਰ ਜਿਸ ਦਾ ਤੁਹਾਨੂੰ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਜੀਐਸਟੀ ਦੇ ਜਿਹੜੇ ਨੋਟਿਸ ਆ ਰਹੇ ਆ ਉਹ ਅਸੀਂ ਪੰਜਾਬ ਪ੍ਰਧਾਨ ਸਾਡੇ ਪਿਆਰੇ ਜੀ ਸੇਠ ਜੀ ਨੂੰ ਮਿਲ ਕੇ ਜਿਹੜੀ ਚੰਡੀਗੜ੍ਹ 'ਚ ਵੀ ਮੀਟਿੰਗ ਆਯੋਜਨ ਹੋਣ ਜਾ ਰਹੇ ਆ ਅਸੀਂ ਉਹਦੇ ਵਿੱਚ ਵੀ ਇਹਨਾਂ ਜੀਐਸਟੀ ਦੇ ਮਸਲੇ ਜਿਹੜੇ ਛੋਟੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਉਹ ਆਪਣੀ ਸਮੱਸਿਆ ਨਾਲ ਆਲੋਜਣਾ ਕੱਢਣ ਵਾਸਤੇ ਉਹ ਮੀਟਿੰਗ ਕਾਲ ਵੀ ਉਹਨਾਂ ਨੇ ਚੰਡੀਗੜ੍ਹ ਕੀਤੀ ਆ ਅਸੀਂ ਉੱਥੇ ਵੀ ਜਾ ਰਹੇ ਆ ਸਾਰੀ ਟੀਮ ਲੈ ਕੇ ਔਰ ਸਾਨੂੰ 3-4 ਐਪਲੀਕੇਸ਼ਨ ਹੋਰ ਵੀ ਛੋਟੇ ਵਪਾਰੀਆਂ ਦੀ ਆਈ ਆ ਜਿਹੜਾ ਛੋਟੇ-ਛੋਟੇ ਵਪਾਰੀਆਂ ਨੂੰ ਹੋਰ ਵੀ ਤੰਗੀ ਆ ਰਹੀ ਆ ਜੀਐਸਟੀ ਮਸਲੇ ਚ ਆ ਰਹੇ ਆ ਹੋਰ ਵੀ ਪ੍ਰਸ਼ਾਸਨ ਨਾਲ ਜਿਹੜੀ ਤੰਗੀ ਹੋ ਰਹੀ ਆ ਉਹਨਾਂ ਨੂੰ ਅਸੀਂ ਉਹ ਸਮੱਸਿਆ ਦੇ ਹੱਲ ਕਰਨ ਵਾਸਤੇ ਬੜੀ ਜਲਦੀ ਮੈਂ ਆਪਣੀ ਟੀਮ ਦੇ ਨਾਲ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਇੱਕ ਮੀਟਿੰਗ ਕਾਲ ਕਰਕੇ ਇੱਕ ਅਸੀਂ ਉਹਨਾਂ ਨੂੰ ਸਮੱਸਿਆ ਦਾ ਉਪਗਤ ਕਰਾਇਆ ਜਾਏਗਾ ਅਤੇ ਵਪਾਰੀਆਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹ ਵਪਾਰ ਮੰਡਲ ਪਠਾਨਕੋਟ ਜਿਹੜਾ ਅੱディ ਖੜਾ ਵੈ ਉਹ ਮੇਨਾ ਮੇਰੀ ਸਾਰੀ ਟੀਮ ਖੜੀ ਹੈ ਜੈ ਜਬਰ ਪਾਰ ਮੰਡਲ ਪਠਾਨਕੋਟ ਵੱਲੋਂ ਅੱਜ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਅੱਜ ਦੇ ਸੀਨੀਅਰ ਅਲਰ ਸੋਢੀ ਜੀ ਸੁਨੀਲ ਮਹਾਜਨ ਜੀ ਚਾਚਾ ਵਿਪਕਾਸ਼ ਜੀ ਮੇਰੇ ਚੇਅਰਮੈਨ ਅਮਿਤ ਨਾਇਰ ਜੀ ਭਾਰਤ ਮਹਾਜਨ ਜੀ ਜੇ ਸ਼ਰਮਾ ਜੀ ਮੇਰੇ ਸੈਕਟਰੀ ਸਾਹਿਬ ਰਾਮਪਾਲ ਪੰਡਾਰੀ ਜੀ ਕੈਸ਼ੀਅਰ ਵਾਲੀਆ ਜੀ ਰਕੇਸ਼ ਮਹਾਜਨ ਜੀ ਮੰਨੂ ਜੀ ਸੁਨੀਲ ਕੁਮਾਰ ਗੋਗੀ ਜੀ ਚਾਚਾ ਜੀ ਇਹ ਸਾਰਿਆਂ ਨੇ ਅੱਜ ਸ਼ਿਰਕਤ ਕੀਤੀ ਹੈ ਇੱਥੇ ਅੱਜ ਦਾ ਮਕਸਦ ਸੀ ਕਿ ਜਿਹੜਾ ਵਪਾਰੀਆਂ ਨੂੰ ਪਠਾਨਕੋਟ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਚੋਰੀਆਂ ਜਿਹੜੀ ਚੋਰੀਆਂ ਲਗਾ ਲਓ ਤੁਸੀਂ ਜੀਐਸਟੀ ਦੇ ਮਸਲੇ ਲਗਾ ਲਓ ਇਹਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਅਸੀਂ ਅੱਜ ਇਹ ਮੀਟਿੰਗ ਕਾਲ ਕੀਤੀ ਹੈ ਅਸੀਂ ਪਿਛਲੇ ਦਿਨਾਂ ਚ ਕਾਫੀ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਅੱਗੇ ਇਲੈਕਸ਼ਨ ਵੀ ਆ ਰਹੇ ਆ ਔਰ ਇਲੈਕਸ਼ਨਾਂ ਚ ਵੀ ਜਿਹੜੀ ਡਿਊਟੀ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਲਗਾਈ ਜਾ ਰਹੀ ਹੈ ਉਹ ਜਿਹਦੇ ਕਾਰਨ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਹੈ ਉਹ ਢਿੱਲਾ ਪੈ ਗਿਆ ਹੋਇਆ ਅਸੀਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਆਰਡਰ ਕਿਤੇ ਜਾਣ ਕਿ ਰਾਤ ਦੀ ਜਿਹੜੀ ਪੀਸੀਆ ਆ ਉਹ ਤੇਜ਼ ਕੀਤੀ ਜਾਏ ਜਿਹੜੀ ਵਪਾਰੀਆਂ ਦੇ ਚੋਰੀਆਂ ਹੋ ਰਹੀਆਂ ਉਹ ਇਹ ਤੇ ਠਲ ਪਾਈ ਜਾਏ। ਔਰ ਜਿਸ ਦਾ ਤੁਹਾਨੂੰ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਜੀਐਸਟੀ ਦੇ ਜਿਹੜੇ ਨੋਟਿਸ ਆ ਰਹੇ ਆ ਉਹ ਅਸੀਂ ਪੰਜਾਬ ਪ੍ਰਧਾਨ ਸਾਡੇ ਪਿਆਰੇ ਲਾਲ ਸੇਹੜ ਜੀ ਨੂੰ ਮਿਲ ਕੇ ਜਿਹੜੀ ਚੰਡੀਗੜ੍ਹ 'ਚ ਵੀ ਮੀਟਿੰਗ ਆਯੋਜਨ ਹੋਣ ਜਾ ਰਹੇ ਆ ਅਸੀਂ ਔਰੇ ਵਿੱਚ ਵੀ ਇਹਨਾਂ ਜੀਐਸਟੀ ਦੇ ਮਸਲੇ ਜਿਹੜੇ ਛੋਟੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਉਹ ਆਪਣੀ ਸਮੱਸਿਆ ਦਾ ਆਲੋਚਨਾ ਕੱਢਣ ਵਾਸਤੇ ਉਹ ਮੀਟਿੰਗ ਕਾਲ ਵੀ ਉਹਨਾਂ ਨੇ ਚੰਡੀਗੜ੍ਹ ਕੀਤੀ ਐ ਅਸੀਂ ਉੱਥੇ ਵੀ ਜਾ ਰਹੇ ਹਾਂ ਸਾਰੀ ਟੀਮ ਲੈ ਕੇ ਔਰ ਸਾਨੂੰ 3-4 ਐਪਲੀਕੇਸ਼ਨਾਂ ਹੋਰ ਵੀ ਛੋਟੇ ਵਪਾਰੀਆਂ ਦੇ ਆਈ ਐ ਜਿਹੜਾ ਛੋਟੇ-ਛੋਟੇ ਵਪਾਰੀਆਂ ਨੂੰ ਹੋਰ ਵੀ ਤੰਗੀ ਆ ਰਹੀ ਐ ਜੀਐਸਟੀ ਮਸਲੇ ਚ ਆ ਰਹੇ ਐ ਹੋਰ ਵੀ ਪ੍ਰਸ਼ਾਸਨ ਨਾਲ ਜਿਹੜੀ ਤੰਗੀ ਹੋ ਰਹੀ ਐ ਉਹਨਾਂ ਨੂੰ ਅਸੀਂ ਉਹ ਸਮੱਸਿਆ ਦੇ ਹੱਲ ਕਰਨ ਵਾਸਤੇ ਬੜੀ ਜਲਦੀ ਮੈਂ ਆਪਣੀ ਟੀਮ ਦੇ ਨਾਲ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਇੱਕ ਮੀਟਿੰਗ ਕਾਲ ਕਰਕੇ ਅਸੀਂ ਉਹਨਾਂ ਨੂੰ ਸਮੱਸਿਆ ਤੋਂ ਅਪਗ੍ਰਿਤ ਕਰਾਇਆ ਜਾਏਗਾ ਔਰ ਵਪਾਰੀਆਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹ ਵਪਾਰ ਮੰਡਲ ਪਠਾਨਕੋਟ ਜਿਹੜਾ ਅੱ딕 ਖੜਾ ਵੈ ਉਹ ਮੇਨਾ ਮੇਰੀ ਸਾਰੀ ਟੀਮ ਖੜੀ ਹੈ ਜੈਨ ਜਬਰ